ਅਧਾਰਿਤ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਫਿਰ ਉਸ ਬੱਚੇ ਨੂੰ ਲੈ ਗਏ ਇੱਕ ਸ਼ਾਣੇ ਦੇ ਕੋਲ ਬਜ਼ੁਰਗ ਦੇ ਕੋਲ ਉਸ ਨੂੰ ਜਾ ਕੇ ਕਹਿੰਦੇ ਨੇ ਮਹਾਰਾਜ ਇਸ ਤੇ ਕਿਰਪਾ ਕਰੋ ਇਹ ਦਈ ਬਹੁਤ ਖਾਂਦਾ ਹੈ ਬਿਮਾਰ ਵੀ ਰਹਿੰਦਾ ਹੈ ਛੱਡਦਾ ਵੀ ਨਹੀਂ ਔਰ ਇਹ ਹਕੀਕਤ ਦੀ ਕਥਾ ਹੈ Rajasthan ਦੀ ਲੋਕ ਕਥਾਵਾਂ ਦੇ ਵਿੱਚ ਇਹ ਕਥਾ ਵੀ ਪ੍ਰਚਲਿਤ ਹੈ ਤੇ ਉਹ ਬਜ਼ੁਰਗ ਕੀ ਕਹਿੰਦਾ ਹੈ ਬੱਚੇ ਨੂੰ ਪੁੱਤਰ ਤੂੰ ਜਿੰਨੀ ਦਹੀਂ ਖਾ ਸਕਦਾ ਹੈ ਉਤਨੀ ਦਹੀਂ ਖਾ ਕਿਉਂਕਿ ਤੇਰੇ ਮਾਤਾ ਪਿਤਾ ਨੂੰ ਹਾਲੇ ਪਤਾ ਨਹੀਂ ਹੈ ਦਹੀਂ ਦੇ ਵਿੱਚ ਕਿੰਨੇ ਗੁਣ ਆਉਂਦੇ ਨੇ ਗੁਣਾ ਦਾ ਭੰਡਾਰ ਹੈ ਗੋਣਾ ਦਾ ਖਜ਼ਾਨਾ ਹੈ ਦਹੀਂ ਤੋ ਖਾ ਮੌਜ ਦੇ ਨਾਲ ਖਾ ਤੇ ਉਹ ਬੱਚਾ ਕਹਿੰਦਾ ਹੈ ਗੋਣਾ ਦਾ ਖਜ਼ਾਨਾ ਤੇ ਇੱਕ ਦੋ ਗੁਣ ਮੈਨੂੰ ਵੀ ਦੱਸ ਕਿਹੜੇ ਕਿਹੜੇ ਗੁਣ ਨੇ ਤੇ ਉਹ ਬਜ਼ੁਰਗ ਕਹਿੰਦਾ ਹੈ ਦਹੀਂ ਖਾਣ ਦੇ ਨਾਲ ਇੱਕ ਤਾਂ ਤੇਰੇ ਘਰ ਵਿੱਚ ਕਦੇ ਚੋਰੀ ਨਹੀਂ ਹੋਏਗੀ ਇਹਲਾ ਗੁਣ ਦੂਜਾ ਗੁਣ ਪਾਣੀ ਵਿੱਚ ਤੂੰ ਕਦੇ ਡੁੱਬ ਨਹੀਂ ਸਕੇਗਾ ਇਜਾ ਗੁਣ ਤੈਨੂੰ ਕਦੇ ਕੁੱਤਾ ਨਹੀਂ ਵੱਡੇਗਾ। ਔਰ ਚੌਥਾ ਗੁਣ ਤੂੰ ਕਦੇ ਵੱਡਾ ਨਹੀਂ ਹੋਏਗਾ। ਪਰ ਇੱਕ ਕੰਮ ਕਰਨਾ ਪਏਗਾ ਜੇ ਤਿੰਨ ਪਿਆਲੇ ਦਹੀਂ ਦੇ ਪੀਂਦਾ ਹੈ ਕੱਲ੍ਹ ਤੋਂ ਚਾਰ ਕਰ ਦੇ ਪੰਜ ਕਰ ਦੇ। ਤੇ ਬਲਕ ਕਹਿੰਦਾ ਹੈ ਹੱਦ ਹੋ ਗਈ ਚੋਰੀ ਨਹੀਂ ਹੋਏਗੀ ਦਹੀਂ ਦੇ ਨਾਲ ਚੋਰੀ ਨਾ ਹੋਵੇ ਉਹਦਾ ਕੀ ਮਤਲਬ ਹੈ ਕੀ ਤਾਲੁਕਾ ਦੇ? ਦਹੀਂ ਖਾਣ ਦੇ ਨਾਲ ਕੁੱਤਾ ਨਾ ਵੱਢੇ ਉਹਦੇ ਨਾਲ ਕੀ ਤਾਲੁਕਾ ਦੇ? ਪਾਣੀ ਵਿੱਚ ਮੈਂ ਨਾ ਡੁੱਬਾਂ ਵੱਡਾ ਮੈਂ ਨਾ ਹਾਂ ਕੀ ਤਾਲੁਕਾ ਦੇ ਤੇ ਧਿਆਨ ਦੇਣਾ ਬਜ਼ੁਰਗ ਕੀ ਕਹਿੰਦਾ ਹੈ ਕਿ ਦੇਖ ਤੋ ਦਈ ਰੋਜ ਖੰਦਾ ਹੈ ਜੁਕਾਮ ਤੈਨੂੰ ਲੱਗਾ ਹੋਇਆ ਹੈ ਠੰਡ ਤੈਨੂੰ ਲੱਗੀ ਹੋਈ ਹੈ ਖੰਗ ਤੈਨੂੰ ਲੱਗੀ ਹੋਈ ਹੈ ਤੇ ਪੂਰੀ ਪੂਰੀ ਰਾਤ ਜਦੋਂ ਤੂੰ ਖੰਗਦਾ ਰਹੇਗਾ ਤੇ ਤੇਰੇ ਘਰ ਵਿੱਚ ਚੋਰ ਕਿੱਥੋਂ ਆਣਗੇ ਚੋਰੀ ਕਿੱਥੋਂ ਆਏਗੀ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਕੋਈ ਜਗ ਰਿਹਾ ਹੈ ਖੰਗਦਾ ਰਹੇ ਉਹ ਬਾਲਕ ਸੁਣ ਰਿਹਾ ਗੱਲ ਤਾਂ ਇਹ ਵੀ ਠੀਕ ਹੈ ਕਿਉਂਕਿ ਹੁਣ ਉਹ ਬਜ਼ੁਰਗ ਸਮਝਾ ਰਿਹਾ ਹੈ ਕਿ ਕ੍ਰੋਧ ਨਾਲ ਬਿਮਾਰੀ ਕੀ ਪੈਦਾ ਹੁੰਦੀ ਹੈ ਹੰਕਾਰ ਨਾਲ ਬਿਮਾਰੀ ਕੀ ਪੈਦਾ ਹੋ ਰਹੀ ਹੈ ਉਹ ਸਮਝਾ ਰਿਹਾ ਜਦੋਂ ਤੂੰ ਬਹੁਤੀ ਦਹੀਂ ਖਾਵੇਂਗਾ ਖੰਗਦਾ ਰਹਵੇਂਗਾ ਪੂਰੀ ਪੂਰੀ ਰਾਤ ਫਿਰ ਚੋਰ ਵਿਚਾਰੇ ਕਿੱਥੋਂ ਆਣਗੇ ਤੇਰੇ ਘਰ ਚੋਰੀ ਨਹੀਂ ਹੋਏਗੀ ਖਾਂਦਾ ਰਹੇ ਦਹੀਂ ਔਰ ਖੰਗਦਾ ਰਹੇ ਦੋਜੀ ਗੱਲ ਤੈਨੂੰ ਪਾਣੀ ਨਹੀਂ ਡਬੋ ਸਕਦਾ ਕਿਉਂਕਿ ਪਹਿਲਾਂ ਹੀ ਤੈਨੂੰ ਠੰਡ ਲੱਗੀ ਹੋਵੇਗੀ ਜ਼ੁਕਾਮ ਲੱਗਿਆ ਹੋਵੇਗਾ ਤੇ ਨਹਾਉਣ ਵਾਸਤੇ ਤੂੰ ਪਾਣੀ ਵਿੱਚ ਜਦੋਂ ਉਤਰੇਗਾ ਹੀ ਨਹੀਂ ਤੇ ਡਬੇਗਾ ਕਿਵੇਂ ਤੂੰ ਦਈ ਖੰਦਾਰੇ ਮੌਦੇ ਨਾਲ ਤੀਜੀ ਗੱਲ ਜਦੋਂ ਮੈਂ ਤੈਨੂੰ ਕਹੀ ਤੈਨੂੰ ਕੁੱਤਾ ਨਹੀਂ ਵੱਢੇਗਾ ਤੇ ਜਦੋਂ ਤੇਰਾ ਸਰੀਰ ਹੀ ਇਤਨਾ ਕਮਜ਼ੋਰ ਹੋ ਗਿਆ ਤੇ ਤੂੰ ਡੰਗ ਦਾ ਸਾਰਾ ਲੈ ਕੇ ਚੱਲੇਗਾ ਡੰਗ ਤੇਰੇ ਹੱਥ ਵਿੱਚ ਹੋਵੇਗੀ ਤੇ ਕੁੱਤਾ ਤੈਨੂੰ ਕਿਸ ਤਰ੍ਹਾਂ ਵੱਢੇਗਾ ਖਾਈ ਜਾ ਦਹੀਂ ਤੇ ਉਹ ਬੱਚਾ ਕਹਿੰਦਾ ਹੈ ਫਿਰ ਚੌਥੀ ਗੱਲ ਜਿਹੜੀ ਆਪਜੀ ਨੇ ਕਹੀ ਕਿ ਆਪਜੀ ਬੁੱਢੇ ਹੀ ਨਹੀਂ ਹੋਵੋਗੇ ਉਹ ਕਿਸ ਤਰ੍ਹਾਂ ਤੇ ਬਜ਼ੁਰਗ ਕਹਿੰਦਾ ਤੂੰ ਜੇ ਇਸੇ ਤਰ੍ਹਾਂ ਦਹੀਂ ਖਾਂਦਾ ਰਿਹਾ ਤੇ ਜਵਾਨੀ ਵਿੱਚ ਹੀ ਤੇਰੀ ਮੌਤ ਹੋ ਜਾਏਗੀ ਬੁੱਢਾ ਕਿੱਥੋਂ ਹੋਵੇਂਗਾ ਖਾਈ ਜਾ ਦਹੀਂ ਜਿੰਨੀ ਖਾ ਸਕਦਾ ਹੈ ਖਾਈ ਜਾ ਤੇ ਬੱਚੇ ਨੇ ਆਪਣੇ ਦੋਵੇਂ ਕੰਨ ਫੜ ਲੈ ਕੇ ਕਹਿਣ ਲੱਗਾ ਜਿੱਤੋਂ ਬਾਦ ਨਹੀਂ ਖਾਵਾਂਗਾ ਨਹੀਂ ਖਾਵਾਂਗਾ ਜੇ ਕਿਦਰੇ ਸਾਨੂੰ ਇਸ ਗਲਤੀ ਸਮਝ ਆ ਜਾਵੇ ਕਿ ਕ੍ਰੋਧ ਨਾਲ ਸਾਡਾ ਕੀ ਨੁਕਸਾਨ ਹੋਏਗਾ ਲੋਭ ਨਾਲ ਕੀ ਨੁਕਸਾਨ ਹੋਏਗਾ ਹੰਕਾਰ ਨਾਲ ਕੀ ਨੁਕਸਾਨ ਹੋਏਗਾ ਤੇ ਫਿਰ ਮਨੁੱਖ ਨੇ ਕਹਿ ਦੇਣਾ ਹੈ ਵਾਕਈ ਫਿਰ ਮੈਂ ਇਹ ਕੰਮ ਨਹੀਂ ਕਰਾਂਗਾ ਧੰਨ ਗੁਰੂ ਨਾਨਕ ਸਾਹਿਬ ਦੇ ਬੋਲ ਹਨ ਕਹਤੇ ਰੁਖ ਬਿਰਖ ਹਮ ਚੀਨੇ ਕਹਤੇ ਪਸ਼ੂ ਉਪਾਏ ਇਸ ਨੂੰ ਧਿਆਨ ਦੇ ਨਾਲ ਸੁਣੋ ਅਪ ਜੀ ਕਿਸੇ ਸਥਾਨ ਤੇ ਕੋਈ ਐਸਾ ਕੰਮ ਕਰਕੇ ਆ ਗਏ ਜਿੱਥੇ ਬਦਨਾਮੀ ਹੋਈ ਹੈ ਦੂਜੇ ਸ਼ਹਿਰ ਵਿੱਚ ਜਾ ਕੇ ਅਪ ਜੀ ਨੇ ਲੋਕਾਂ ਨੂੰ ਕਹਿ ਦਿੱਤਾ ਕਿ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਪਰ ਕਿਸੇ ਨੇ ਅਪ ਜੀ ਨੂੰ ਕਹਿ ਦਿੱਤਾ ਇੱਥੇ ਤੋਂ ਵੱਡਾ ਬਣ ਰਿਹਾ ਹੈ ਉਸ ਪਿੰਡ ਦੇ ਵਿੱਚੋਂ ਮਾਰ ਖਾ ਕੇ ਆਇਆ ਕਹਿੰਦੇ ਨੇ ਫਿਰ ਉਸ ਨੂੰ ਸ਼ਰਮਿੰਦਗੀ ਮਹਿਸੂਸ ਆਉਂਦੀ ਹੈ ਅਕੀਮਾਰ ਖਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਕਿਤਨੀ ਦਫਾ ਦਰਖਤ ਬਣ ਕੇ ਆਇਆ ਹੈ ਤੂੰ ਕਿਤਨੀ ਦਫਾ ਬਿਰਖ ਬਣ ਕੇ ਆਇਆ ਹੈ ਤੂੰ ਕਿਤਨੀ ਦਫਾ ਪਸ਼ੂ ਬਣ ਕੇ ਆਇਆ ਹੈ ਤੈਨੂੰ ਹਾਲੇ ਤੱਕ ਸ਼ਰਮ ਨਹੀਂ ਆਈ ਉਸਤਾ ਕੀ ਮਾਫ ਕੀਤੇ 나ਗ ਕੁਲੀ ਮੈਂ ਆਏ ਕੀਤੇ ਪੰਖ ਉਡਾਏ ਤੂੰ ਕਿਤਨੀ ਦਫਾ ਸੱਪ ਬਣਿਆ ਹੈ ਤੂੰ ਕਿਤਨੀ ਦਫਾ ਪੰਛੀ ਬਣਿਆ ਹੈ ਤੈਨੂੰ ਸਮਝ ਨਹੀਂ ਆਇਆ ਗੁਰੂ ਨਾਨਕ ਸਾਹਿਬ ਜੀ ਸਾਨੂੰ ਚੇਤੇ ਕਰਾ ਰਹੇ ਨੇ ਔਰ ਜੇਕਰ ਮਨੁੱਖ ਸੂਝਵਾਨ ਹੋਵੇ ਗੁਰੂ ਨਾਨਕ ਸਾਹਿਬ ਦੀ ਗੱਲ ਸੁਣ ਕੇ ਵਾਕਈ ਸ਼ਰਮਿੰਦਗੀ ਮਹਿਸੂਸ ਹੋਵੇਗੀ ਮੈਂ ਪਸ਼ੂ ਵੀ ਬਣਿਆ ਮੈਂ ਪੰਛੀ ਵੀ ਬਣਿਆ ਮੈਂ ਦਰਖਤ ਵੀ ਬਣਿਆ ਐ ਮੈਂ ਸੱਪ ਵੀ ਬਣਿਆ ਪਰ ਅੱਜ ਜੇ ਮੈਨੂੰ ਅੰਦਰੰਕਾਰ ਨੇ ਦੇਹੀ ਬਖਸ਼ੀ ਹੈ ਤਾਂ ਮੈਂ ਕਿਉਂ ਨਗਾਉ ਹੋਰ ਕਮਾਲ ਦੀ ਗੱਲ ਹਟ ਪਟਣ ਭਜ ਮੰਦਰ ਬੰਨੇ ਕਰ ਚੋਰੀ ਘਰ ਆਵੇ ਇਹ ਮੰਦਰ ਦੁਕਾਨ ਕਰ ਇਹਨਾਂ ਦੇ ਵਿੱਚ ਚੋਰੀ ਕਰਨੀ ਇਹ ਸੰਸਕਾਰ ਸਾਡੇ ਕੋਲੋਂ ਕਿੱਥੋਂ ਆ ਜਾਂਦੇ ਆ ਸਾਬ ਕਹਿੰਦੇ ਨੇ ਤੂੰ ਪਹਿਲਾਂ ਵੀ ਕਰਦਾ ਆ ਰਿਹਾ ਹੈ ਕਿਤਨੇ ਜਨਮਾਂ ਤੋਂ ਕਰਦਾ ਆ ਰਿਹਾ ਹੈ ਔਰ ਟਟ ਟੀਰਤ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ तीर्थਾਂ ਤੇ ਗਏ ਟਟਾਂ ਤੇ ਗਏ ਥਾਂ ਥਾਂ ਤੇ ਭਟਕੇ ਆਂ ਥਾਂ ਥਾਂ ਤੇ ਸਰੀਰ ਵਿੱਚ ਆਏ ਆ ਪਰ ਕਹਿੰਦੇ ਨੇ ਇਨ੍ਹਾਂ ਵਿਕਾਰਾਂ ਨੇ ਸਾਡਾ ਪਿੱਛਾ ਨਹੀਂ ਛੱਡਿਆ ਕਬੀਰ ਸਾਹਿਬ ਦੀ ਇੱਕ ਗੱਲ ਆਉਜੀ ਦੇ ਸਾਹਮਣੇ ਰੱਖਾਂ ਕਬੀਰ ਸਾਹਿਬ ਕਹਿੰਦੇ ਨੇ ਗ੍ਰਹਿ ਤਜ ਬਨਖੰਡ ਜਾਈਏ ਚੁਰਨਾ ਖਾਈਏ ਕੰਦਾ ਜੰਗਲ ਵਿੱਚ ਵੀ ਚਲੇ ਗਏ ਘਰ ਨੂੰ ਛੱਡ ਕੇ ਬੰਨਾਂ ਦੇ ਵਿੱਚ ਜੰਗਲਾਂ ਦੇ ਵਿੱਚ ਭਟਕਦੇ ਰਹੇ ਕੰਦ ਮੂਲ ਖਾਂਦੇ ਰਹੇ ਪਰ ਮਨ ਜਿਹੜਾ ਸੀ ਅਜਹੁ ਬਕਾਰ ਨਾ ਛੋੜਈ ਪਾਪੀ ਮਨਮੰਦਾ ਇਹ ਮਨ ਐਸਾ ਹੈ ਹਾਲੇ ਤੱਕ ਮੰਦੇ ਅਮਲ ਮੰਦੇ ਕਰ ਪਰ ਜਦੋਂ ਉਸ ਦਾਤੇ ਦੀ ਰਹਿਮਤ ਹੋਵੇ ਸੰਗਤ ਨਸੀਬ ਹੋਵੇ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਵਣਜਾਰਾ ਕਹਿੰਦੇ ਨੇ ਵਪਾਰੀ ਅਸੀਂ ਸਾਰੇ ਵਪਾਰੀ ਹਾਂ ਰੋਹੇ ਜ਼ਮੀਂਦੇ ਜੇਕਰ ਕਿਸੇ ਤੇ ਰਹਿਮਤ ਹੋ ਜਾਵੇ ਉਹ ਫਿਰ ਸੰਗਤ ਵਿੱਚ ਬੈਠਦਾ ਹੈ ਔਰ ਗੁਰੂ ਦੇ ਬੋਲ ਸੁਣਦਾ ਹੈ ਫਿਰ ਉਸ ਨੂੰ ਸਮਝ ਆਂਦੀ ਹੈ ਮੇਰੇ ਅੰਦਰ ਮਾਲਕ ਬੈਠਾ ਹੋਇਆ ਹੈ ਪ੍ਰਕਾਸ਼ ਹੋ ਗਿਆ ਸਮਝ ਆ ਗਈ ਉਸ ਨੂੰ ਤੇ ਜਦੋਂ ਉਸ ਨੂੰ ਸਮਝ ਆਈ ਤੇ ਨਿਰੰਕਾਰ ਦੇ ਚਰਨਾਂ ਵਿੱਚ ਉਹ ਅਰਧ ਕਰਦਾ ਹੈ हे ਪ੍ਰਭੂ ਜੇਤ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗੁਣ ਹਮਾ ਸਾਗਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੀ ਥੋੜਾ ਹੈ ਮੇਰੇ ਗੁਨਾਹ ਬਹੁਤ ਨੇ ਬਹੁਤ ਨੇ ਕਿਉਂਕਿ ਕੱਲ ਮੈਂ ਅਜ ਕਰ ਰਿਹਾ ਸੀ ਜੇ ਚੋਰੀ ਕਰਨ ਦਾ ਇਰਾਦਾ ਸੀ ਪਰ ਡਰ ਕਰਕੇ ਚੋਰੀ ਨਹੀਂ ਕੀਤੀ ਕਹਿੰਦੇ ਨੇ ਚੋਰੀ ਹੋ ਗਈ ਚੋਰੀ ਤੂੰ ਕਰ ਬੈਠਾ ਡਰ ਕਰਕੇ ਤੂੰ ਚੋਰੀ ਨਹੀਂ ਕੀਤੀ ਏ ਪਰ ਚੋਰੀ ਤੇਰੀ ਤਾਂ ਹੋ ਗਈ ਦੋਜੀ ਗੱਲ ਸੁਣਨਾ ਕਿ ਸਵਰਗ ਵਾਸਤੇ ਸਵਰਗ ਦੀ ਇੱਛਾ ਕਰਕੇ ਤੂੰ দান ਕੀਤਾ ਹੈ দান ਕਰਕੇ ਵੀ দান ਨਹੀਂ ਹੋਇਆ ਹੈ ਕਿਉਂਕਿ ਤੇਰੀ ਇੱਛਾ ਸੀ ਮੈਨੂੰ ਸਵਰਗ ਚਾਹੀਦਾ ਹੈ ਸਵਰਗ ਚਾਹੀਦਾ ਹੈ ਔਰ ਦੂਜੀ ਗੱਲ ਕਹਿੰਦੇ ਨੇ ਬਹੁਤ ਸਾਰੇ ਮਨੁੱਖ ਜਿਹੜੇ ਕਹਿੰਦੇ ਨੇ ਮੈਂ ਗੁਨਾਹ ਨਹੀਂ ਕੀਤੇ ਮੈਂ ਪਾਪ ਨਹੀਂ ਕੀਤੇ ਔਰ ਇੱਕ ਗੱਲ ਕਈ ਵਾਰ ਸੰਤ ਸਿੰਘ ਮਸ਼ਕੀਨ ਵੀ ਕਹਿੰਦੇ ਸੀ ਕਿ ਮੁਬਾਰਕ ਹੈ ਬਹੁਤ ਚੰਗੀ ਗੱਲ ਹੈ ਗੁਨਾਹ ਨਹੀਂ ਕੀਤੇ ਨੇ ਪਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਗੁਨਾਹ ਕਰਨ ਦਾ ਤੈਨੂੰ ਮੌਕਾ ਨਹੀਂ ਮਿਲਿਆ ਨਹੀਂ ਤਾਂ ਤੂੰ ਵੀ ਪਤਾ ਨਹੀਂ ਕਿੰਨੇ ਗੁਨਾਹ ਕਰਦਾ ਪਰ ਤੈਨੂੰ ਮੌਕਾ ਹੀ ਨਹੀਂ ਮਿਲਿਆ ਸ਼ੇਖ ਸ਼ਾਦੀ ਸਾਹਿਬ ਕਹਿੰਦੇ ਨੇ ਇੱਕ ਬੁੱਢਾ ਬਗਿਆੜ ਬੈਠ ਕੇ ਕਹਿੰਦਾ ਹੈ ਇਹ ਭੈਡੋ ਇਹ ਬੱਕਰੀਓ ਮੇਰੇ ਤੋਂ ਡਰਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਮੈਂ ਤਾਂ ਖਾਣਾ ਹੀ ਬੰਦ ਕਰ ਦਿੱਤਾ ਹੈ ਕਹਿੰਦੇ ਨੇ ਉਹ ਤਾਂ ਮਜਬੂਰੀ ਹੈ ਜੋ ਚੱਲ ਨਹੀਂ ਸਕਦਾ ਬਗਿਆੜ ਨਹੀਂ ਤਾਂ ਜਵਾਨੀ ਦੇ ਵਿੱਚ ਤਾਂ ਬਹੁਤ ਸਾਰੀਆਂ ਵੇਡਾਂ ਪਕੜੀਆਂ ਹੈ ਕਹੇ ਤੁਮਰਾਦ ਜੇਕਰ ਕੋਈ ਜਵਾਨੀ ਵਿੱਚ ਇਕਾਂਤ ਵਿੱਚ ਬੈਠ ਕੇ ਔਰ ਪਰਮਾਤਮਾ ਦੀ ਬੰਦਗੀ ਕਰ ਰਿਹਾ ਹੈ ਤਾਂ ਸ਼ੇਖ ਸ਼ਾਦੀ ਸਾਹਿਬ ਕਹਿੰਦੇ ਨੇ ਸੀ ਉਹ ਪਰਮਾਤਮਾ ਦਾ ਸ਼ੇਰ ਹੈ ਹੋ ਤੋ ਜਵਾਨੀ ਵਿੱਚ ਬੈਠ ਕੇ ਧਿਆਨ ਦੀ ਮੁਦਰਾ ਵਿੱਚ ਬੈਠਾ ਹੋਇਆ ਸਿਮਰਨ ਵਿੱਚ ਬੈਠਾ ਹੋਇਆ ਤੋ ਜਿੱਥੋਂ ਤੱਕ ਅਗੁਣ ਦੀ ਗੱਲ ਹੈ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਉਗਣ ਹਮਾਰੇ ਹੋਰ ਅਉਗਣ ਹੁੰਦੇ ਜਾ ਰਹੇ ਨੇ ਹੋਰ ਗੁਨਾਹ ਹੁੰਦੇ ਜਾ ਰਹੇ ਨੇ ਫਿਰ ਕਹਿਣ ਲੱਗੇ ਤੂੰ ਇੱਕ ਅਰਦਾਸ ਕਰ ਦਇਆ ਕਰੋ ਕਿਛ ਮਹਿਰ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਬਚ ਜਾਵਾਂ ਕਾਮ ਤੋਂ ਕ੍ਰੋਧ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਬਚ ਜਾਵਾਂ ਲੋਭ ਤੋਂ ਹੰਕਾਰ ਤੋਂ ਨਹੀਂ ਬਚਿਆ ਜਾਂਦਾ ਉੱਠਦੇ ਹਾਂ ਉੱਠਣ ਦੇ ਸਾਰੇ ਡਿੱਗ ਪੈਂਦੇ ਆ ਉੱਠਣ ਦੇ ਸਾਰੇ ਹਾਲੇ ਥੋੜੀ सी ਅਵਸਥਾ ਬਣੀ ਹੈ ਫਿਰ ਡਿੱਗ ਪਏ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਹੰਕਾਰ ਡਿੱਗ ਪਏ ਤੂੰ ਇਹ ਅਰਦਾਸ ਕਰ हे ਪ੍ਰਭੂ ਦਇਆ ਕਰੋ ਕਿਛ ਮਿਹਰ ਉਪਾਵੋ ਤੂੰ ਮੇਰੇ ਤੇ ਰਹਿਮਤ ਕਰ ਮੇਰੇ ਤੇ ਦਇਆ ਕਰ ਕਿਉਂਕਿ ਤੇਰਾ ਤਾਂ ਸਵਭ ਹੈ ਡੁੱਬਦੇ ਪੱਥਰ ਤਾਰੇ ਡੁੱਬਦਾ ਹੋਇਆ ਪੱਥਰ ਵੀ ਤੇਰੇ ਨਾਮ ਦੇ ਨਾਲ ਤਰ ਗਿਆ ਦੇਵਾ ਆਹਨ ਤਾਰੀ ਹਲੇ ਰਾਮ ਕਹਿਤ ਜਨਕਸ ਨ ਤਰੇ ਰਾਮ ਕਹਿਣ ਦੇ ਨਾਲ ਕੌਣ ਨਹੀਂ ਤਰਿਆ ਸਾਰੇ ਤਰ ਗਏ ਆ ਰਾਮ ਨੂੰ ਕਹੇ ਅਰ ਅਪਜੀ ਨੂੰ ਮੈਂ ਅਰਜ ਕਰਾਂ ਕਿ ਜੋ ਇਤਿਹਾਸ ਸਾਬ ਜੀ ਸੁਣਦੇ ਹੋ ਕਿ ਇੱਕ ਪੱਥਰ ਤੇ ਰਾਲ ਲਿਖਿਆ ਦੂਜੇ ਪੱਥਰ ਤੇ ਮੈਂ ਲਿਖਿਆ ਆ ਰਾਮ ਪੱਥਰ ਜੁੜਦੇ ਗਏ ਜੁੜਦੇ ਗਏ ਇੱਕ ਤੇ ਰਾਹ ਦੂਜੇ ਤੇ ਮੈਂ ਦੋਵੇਂ ਜੁੜਦੇ ਗਏ ਸਾਰੇ ਜੁੜਦੇ ਗਏ ਤੋ ਹਨੂਮਾਨ ਜੀ ਕਹਿੰਦੇ ਨੇ ਮਹਾਰਾਜ ਇਤਨੀ ਸਮਰਤਾ ਇਤਨੀ ਤਾਕਤ ਕਿ ਪੱਥਰ ਵੀ ਤੈਰ ਦੇ ਪੈਨੇ ਤੋ ਸ਼੍ਰੀ ਰਾਮਚੰਦਰ ਜੀ ਮਹਾਰਾਜ ਕੀ ਕਹਿੰਦੇ ਨੇ ਭਾਵੇਂ ਆਪ ਦੀ ਸ਼ਕਤੀ ਦੇ ਮਾਲਕ ਨੇ ਪਰ ਫਿਰ ਵੀ ਉਸ ਕਰਤੇ ਵੱਲ ਇਸ਼ਾਰਾ ਕਰਦੇ ਨੇ ਕਹਿੰਦੇ ਨੇ अनुमान मेरा नाम रामचंद्र है ए राम ओ है निरंकार ये पत्थर मेरे करके नहीं तैरदे पने ए उस राम करके तैरदे पने जो सारे दे विच रमया होया है सारे और यही निशानी है रसूलों दी पैगंबरों दी भगतां दी साधुओं दी के बामे उनां दी कुल क्षमता भी है सब कुछ करदे ने कर सकदे ने फिर भी इशारा करदे ने रब वल ओ ने गीता है ਮੈਨੇ ਗੀਤਾ ਦਇਆ ਕਰੋ ਕਿਛ ਮਿਹਰ ਉਪਾਓ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੇ ਕਲ ਜਦੋਂ ਕਥਾ ਦੀ ਸਮਾਪਤੀ ਹੋਈ ਫਤਿਹ ਨਗਰ ਗੁਰਦੁਆਰੇ ਛੋਟੇ ਸਾਹਿਬ ਜਾਦੇ ਇਹ ਬਾਹਰ ਇੱਕ ਪ੍ਰੇਮੀ ਪੁੱਛਦਾ ਹੈ ਗਿਆਨੀ ਜੀ 20 ਸਾਲ ਹੋ ਗਏ ਨੇ ਅੰਮ੍ਰਿਤ ਛਕਿਆ ਹੈ ਮੇਰੇ ਪੁੱਤਰ ਨੇ ਪਰ ਹਾਲੇ ਤੱਕ ਗੱਲ ਨਹੀਂ ਬਣੀ ਹੈ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ ਕੀ ਕਾਰਨ ਤਾਂ ਮੈਂ ਉਸ ਨੂੰ ਅਰਜ਼ ਕੀਤੀ ਦੀਵਾ ਤਾਂ ਮੈਂ ਜਗਾਇਆ ਪਰ ਪ੍ਰਕਾਸ਼ ਨਹੀਂ ਹੋਇਆ ਅੰਧੇਰਾ ਖਤਮ ਨਹੀਂ ਹੋਇਆ ਕਹਿਣ ਲੱਗੇ ਗਿਆ ਨਹੀਂ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਦੀਵਾ ਜਗ ਪਿਆ ਹੋਵੇ ਹਨੇਰਾ ਨਹੀਂ ਗਿਆ ਕਿਸ ਤਰ੍ਹਾਂ ਹੋ ਸਕਦਾ ਹੈ ਨਹੀਂ ਹੋ ਸਕਦਾ ਜਾਂ ਫਿਰ ਦੀਵਾ ਜਗਿਆ ਨਹੀਂ ਹੋਵੇਗਾ ਔਰ ਜੇ ਦੀਵਾ ਜਗਿਆ ਹੈ ਹਨੇਰਾ ਜ਼ਰੂਰ ਖਤਮ ਹੋਵੇਗਾ ਠੰਡੀ ਹਵਾ ਜਦੋਂ ਚਲਦੀ ਹੈ ਅਨੁਭਵ ਹੁੰਦਾ ਹੈ ਹਵਾ ਚਲ ਪਈ ਹੈ ਖੁਸ਼ਬੂ ਜਦੋਂ ਫੈਲਦੀ ਹੈ ਖਬਰ ਪਹੁੰਚ ਜਾਂਦੀ ਹੈ ਖੁਸ਼ਬੂ ਫੈਲੀ ਹੈ ਜੇ ਅਵਸਥਾ ਨਹੀਂ ਬਣੀ ਤਾਂ ਫਿਰ ਜਿਸ ਨੂੰ ਕਹਿੰਦੇ ਨੇ ਅੰਮ੍ਰਿਤ ਚਖਣਾ ਉਹ ਨਹੀਂ ਚਖਿਆ ਹੋਏਗਾ ਹਰ ਦੇ ਹਕੀਕਤ ਵਿੱਚ ਅੰਮ੍ਰਿਤ ਛਕਿਆ ਹੁੰਦਾ ਜ਼ਰੂਰ ਗੱਲ ਬਣਦੀ ਹੈ ਇਸ ਨੂੰ ਇਸ ਤਰ੍ਹਾਂ ਸਮਝਣਾ ਧਰਤੀ ਤਪਦੀ ਹੋਵੇ ਸੂਰਜ ਤਪਦਾ ਹੋਵੇ ਦਰਿਆ ਤਪਦੇ ਹੋਣ ਹਵਾ ਤਪਦੀ ਹੋਵੇ ਉਸ ਤਪਦੀ ਹੋਈ ਧਰਤੀ ਦੇ ਵਿੱਚ ਬੀਜ ਅੰਕੁਰਿਤ ਨਹੀਂ ਹੋਵੇਗਾ ਹਿਰਦਾ ਤਪਦਾ ਹੋਵੇ ਤਪਦੇ ਹੋਏ ਹਿਰਦੇ ਵਿੱਚ ਨਾਮ ਅੰਕੁਰਿਤ ਨਹੀਂ ਹੁੰਦਾ ਹਿਰਦਾ ਤਪ ਰਿਹਾ ਹੈ ਫਿਰ ਉਹ ਹਿਰਦਾ ਜਿਹੜਾ ਤਪ ਰਿਹਾ ਹੈ ਭਾਵੇਂ ਕ੍ਰੋਧ ਨਾਲ ਤਪ ਰਿਹਾ ਭਾਵੇਂ ਲੋਭ ਨਾਲ ਤਪ ਰਿਹਾ ਭਾਵੇਂ ਹੰਕਾਰ ਨਾਲ ਤਪ ਰਿਹਾ ਭਾਵੇਂ ਈਰਖ ਨਾਲ ਤਪ ਰਿਹਾ ਭਾਵੇਂ ਕਿਸੇ ਨਾਲ ਤਪ ਰਿਹਾ ਇਸ ਤਪਦੇ ਹੋਏ ਹਿਰਦੇ ਨੂੰ ਠੰਡਕ ਚਾਹੀਦੀ ਹੈ ਔਰ ਉਹ ਠੰਡਕ ਨਸੀਬ ਹੁੰਦੀ ਹੈ ਸਤ ਸੰਗਤ ਵਿੱਚ ਸਾਦ ਸੰਗਤ ਅਸਤਾਨ ਜਗਮਗ ਨੂਰ ਹੈ ਲੱਖ ਲੱਖ ਸ਼ਸ਼ੀਰ ਬਾਂਦ ਕਿਰਨ ਠਰੂਰ ਹੈ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੀ ਭੀਤਰ ਕਾਤੀ ਵਗ ਰਹੀ ਹੈ ਕੈਂਚੀ तृष्णा तृष्णा प्रबल है प्रबल है और जदों तक मनुख दे जीवन विच तृष्णा है ओ भुखाई है बावे ओदे कोल कितनी दौलत पई होवे गुस्ताखी माफ फिर भी भुखाई है क्योंकि तृष्णा है और चाहिदा है और चाहिदा है और चाहिदा है कंदे ने एक साधारण मनुख दी भुख ਬਹੁਤ ਸਧਾਰਨ ਹੈ ਵੱਡੇ ਮਨੁੱਖ ਦੀ ਭੁੱਖ ਬਹੁਤ ਵੱਡੀ ਹੈ ਇਸੇ ਕਰਕੇ ਆਲਮਾ ਨੇ ਕਿਹਾ ਹੈ ਕਿ ਜਿਹੜਾ ਮਨੁੱਖ ਦੁਖੀ ਹੈ ਉਹ ਆਪਣੇ ਦੁੱਖ ਤੋਂ ਦੁਖੀ ਹੈ ਪਰ ਇਹ ਨਾ ਸਮਝ ਲੈਣਾ ਕਿ ਸੁਖੀ ਮਨੁੱਖ ਸੁਖੀ ਹੋਵੇਗਾ ਕਹਿੰਦੇ ਨੇ ਸੁਖੀ ਵੀ ਦੁਖੀ ਹੈ ਮੈਂ ਫਿਰ ਅਰਥ ਕਰਾਂ ਜਿਹੜਾ ਮਨੁੱਖ ਦੁਖੀ ਹੈ ਜਦੇ ਕੋਲ ਦੁੱਖ ਹਨ ਉਹ ਤਾਂ ਦੁਖੀ ਹੈ ਹੀ ਜਿਹਦੇ ਕੋਲ ਸੁੱਖ ਹਨ ਉਹ ਵੀ ਦੁਖੀ ਹੈ ਕਿਉਂਕਿ ਐਸੇ ਐਸੇ ਪਿਆਰਿਆਂ ਦੇ ਕੋਲ ਜਾਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਦੇ ਬੰਗਲੇ ਦੇਖ ਕੇ ਹੈਰਾਨ ਹੁਜਨਾ ਕਈ ਵਾਰ ਇੰਨੇ ਕਮਾਲ ਦੇ ਬੰਗਲੇ ਫਿਰ ਕਹਿੰਦੇ ਨੇ ਗਿਆਨੀ ਜੀ ਇਹ ਕਾਰਾਂ ਦੇਖੋ ਸਾਰੀਆਂ ਕਾਰਾਂ ਵਿਦੇਸ਼ਾਂ ਦੀਆਂ ਨੇ ਇਹ ਇੰਡੀਆ ਦੀ ਕੋਈ ਕਾਰ ਹੀ ਨਹੀਂ ਫਿਰ ਲੰਗਰ ਛਕਾ ਕੇ ਇਰੋਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਗਿਆਨੀ ਜੀ ਅਰਦਾਸ ਕਰੋ ਬਹੁਤ ਦੁਖੀ ਹਾਂ ਬਹੁਤ ਦੁਖੀ ਹਾਂ ਸਾਦੋ ਗਈ ਇਹ ਨਾ ਕੀਮਤੀ ਮੰਗਲਾ ਇਤਨੇ ਕੀਮਤੀ ਆਕਾਰਾਂ ਔਰ ਇਤਨਾ ਅਲੀਸ਼ਾਨ ਕਾਰਵਰ ਫਿਰ ਵੀ ਅੱਖਾਂ ਵਿੱਚ ਅੰਜੋ ਬਹੁਤ ਦੁਖੀ ਹਾਂ ਬਹੁਤ ਦੁਖੀ ਫਿਰ ਅਸੀਂ ਆਪਣੇ ਆਪ ਨੂੰ ਦੇਖਨੇ ਆ ਤੇ ਫਿਰ ਸ਼ੁਕਰਾਨੇ ਦੇ ਬੋਲ ਨਿਕਲਦੇ ਨੇ हे ਪ੍ਰਭੂ ਤੇਰਾ ਧੰਵਾਦ ਹੈ ਇਸ ਕਰਕੇ ਜੀਵਨ ਦੇ ਵਿੱਚ ਜੇ ਧਨ ਦੇਖਣਾ ਹੋਵੇ ਆਪਣੇ ਤੋਂ ਨੀਵੇਂ ਦਾ ਦੇਖਣਾ ਜੀਵਨ ਵਿੱਚ ਬੰਦਗੀ ਦੇਖਣੀ ਹੋਵੇ ਆਪਣੇ ਤੋਂ ਉੱਚੇ ਵਾਲੇ ਦੀ ਦੇਖਣਾ ਪਰ ਅਸੀਂ ਕੀ ਕਰਦੇ ਹਾਂ ਪੱਠਾ ਕਰਦੇ ਹਾਂ ਧਨ ਦੇਖਦੇ ਹਾਂ ਆਪਣੇ ਤੋਂ ਵੱਡੇ ਦਾ ਧਰਮ ਦੇਖਦੇ ਹਾਂ ਆਪਣੇ ਤੋਂ ਨੀਵੇਂ ਦਾ ਭੀਤਰ ਵਗ ਗਿਆ ਕਾਤੀ ਅੰਦਰ ਤ੍ਰਿਸ਼ਨਾ ਜਲ ਰਹੀ ਹੈ ਔਰ ਤ੍ਰਿਸ਼ਨਾ ਇਤਨੀ ਪ੍ਰਭੁਲ ਹੈ ਇਤਨੀ ਪ੍ਰਭੁਲ ਹੈ ਰੋਜ਼ ਦੇਖਦੇ ਹਾਂ ਇਹ ਜਿਹੜੇ ਮਨੁੱਖ ਇੱਥੋਂ ਜਾ ਰਹੇ ਨੇ ਰੁਖਸਤ ਕਰ ਰਹੇ ਨੇ ਉਹ ਖਾਲੀ ਦੇ ਖਾਲੀ ਜਾ ਰਹੇ ਨੇ ਸਭ ਕੁਝ ਛੱਡ ਕੇ ਜਾ ਰਹੇ ਨੇ ਅਸੀਂ ਕਈ ਦਫਾ ਕਹਿ ਦਿੰਦੇ ਹਾਂ ਕਿ ਪੁੱਤਰ ਮੇਰਾ ਸੰਗੀ ਹੈ ਮਿੱਤਰ ਮੇਰਾ ਸੰਗੀ ਹੈ ਪਤਨੀ ਮੇਰੀ ਸਾਥੀ ਹੈ ਪਤੀ ਮੇਰਾ ਸਾਥੀ ਹੈ ਔਰ ਇਹ ਵੀ ਕਹਿ ਦਿੰਦੇ ਹਾਂ ਕਿ ਸੱਚੇ ਮਿੱਤਰ ਦੀ ਪਛਾਣ ਸੰਕਟ ਵਿੱਚ ਆਉਂਦੀ ਹੈ ਕਹਦੇ ਨੇ ਤਾਂ ਸੱਚੇ ਮਿੱਤਰ ਦੀ ਪਛਾਣ ਵੀ ਕਰਕੇ ਦੇਖ ਲੈਣਾ ਜਦੋਂ ਮੌਤ ਦਾ ਬਲਾਵਾ ਆਵੇ ਮਿੱਤਰ ਨੂੰ ਕਹਿ ਕੇ ਦੇਖਣਾ ਮੇਰੇ ਬਦਲੇ ਤੂੰ ਚਲਾ ਜਾ ਹੁਣ ਦੇਖਣੀ ਹੈ ਪਰਖ ਹੋ ਰਹੀ ਹੈ ਕਹਿੰਦੇ ਨੇ ਪਿਤਾ ਕੋਲ ਬੈਠਾ ਹੋਵੇਗਾ ਕੁਝ ਵੀ ਨਹੀਂ ਕਰ ਸਕੇਗਾ ਬੇਟਾ ਕੋਲ ਬੈਠਾ ਹੋਵੇਗਾ ਪਿਤਾ ਜਾ ਰਿਹਾ ਹੈ ਪੁੱਤਰ ਕੁਝ ਨਹੀਂ ਕਰ ਸਕੇਗਾ ਪਤਨੀ ਕੋਲ ਬੈਠੀ ਹੈ ਪਤੀ ਜਾ ਰਿਹਾ ਹੈ ਪਤਨੀ ਕੁਝ ਨਹੀਂ ਕਰ ਸਕੇਗੀ ਮਿੱਤਰ ਕੋਲ ਬੈਠੇ ਨੇ ਮਿੱਤਰ ਜਾ ਰਿਹਾ ਹੈ ਕੁਝ ਨਹੀਂ ਕਰਦੀ ਕੁਝ ਨਹੀਂ ਦੂਜੀ ਗੱਲ ਜਿੰਨਾ ਕੁਝ ਵੀ ਇਕੱਠਾ ਕੀਤਾ ਸੀ ਉਹ ਸਭ ਕੁਝ ਛੱਡ ਕੇ ਜਾ ਰਿਹਾ ਹੈ ਤਾਂ ਆਪਕੇ ਛੱਡ ਕੇ ਜਾ ਕਹਿੰਦੇ ਨੇ ਜਦੋਂ ਰੋਜ਼ ਦੇਖਦੇ ਆਂ ਸੀ ਕਿ ਸਭ ਕੁਝ ਛੱਡ ਕੇ ਜਾ ਰਹੇ ਨੇ ਰੋਜ਼ ਦੇਖਦੇ ਨੇ ਕਹਿੰਦੇ ਨੇ ਪੁਰਖਾ ਫਿਰ ਤੇਰੇ ਜੀਵਨ ਵਿੱਚ ਇਤਨੀ ਤ੍ਰਿਸ਼ਨਾ ਕਿਉਂ ਹੈ ਤੂੰ ਸ਼ੁਕਰਾਨਾ ਕਰ ਜਿਤਨਾ ਤੈਨੂੰ ਦਿੱਤਾ ਹੋਇਆ ਹੈ ਉਸੇ ਦਾ ਸ਼ੁਕਰਾਨਾ ਕਰ ਉਸੇ ਦਾ ਧੰਨਵਾਦ ਕਰ ਇਹ ਬਹੁਤ ਹੈ ਬਹੁਤ ਕਿਉਂਕਿ ਜੀਵਨ ਦੇ ਵਿੱਚ ਜੋ ਕੁਝ ਵੀ ਹੈ ਉਸ ਨੂੰ ਸਿਆਣੇ ਤੇ ਧਾਰਮਿਕ ਪੁਰਸ਼ ਕਹਿੰਦੇ ਨੇ ਬੁਲਬੁਲਾ ਬੁਲਬੁਲਾ ਕਦ ਪੈਦਾ ਹੋਇਆ ਤੇ ਕਦ ਮਿਟ ਗਿਆ ਜਿਸ ਨੂੰ ਅਸੀਂ ਕਹਿੰਦੇ ਅਚਣ ਬੰਗੂਰਸ ਦੁਨੀਆਂ ਦੇ ਸਾਰੇ ਪਦਾਰਥ ਪਾਣੀ ਦਾ ਬੁਲਬੁਲਾ ਹੈ ਜਦੋਂ ਜੀਵਨ ਵੀ ਪਾਣੀ ਦਾ ਬੁਲਬੁਲਾ ਹੈ ਕਬੀਰ ਸਾਹਿਬ ਕਹਿੰਦੇ ਨੇ ਪਾਣੀ ਕੇਰਾ ਬੁਲਬੁਲਾ ਅਸਮਾਨਸ ਕੀ ਜਾਤ ਪਾਣੀ ਦਾ ਬੁਲਬੁਲਾ ਕਹਿੰਦੇ ਨੇ ਦੇਖਦਿਆਂ ਦੇਖਦਿਆਂ ਹੀ ਇਹ ਪਾਣੀ ਦਾ ਬੁਲਬੁਲਾ ਖਤਮ ਹੋ ਜਾਏਗਾ ਦੇਖਦਿਆਂ ਦੇਖਦਿਆਂ ਪ੍ਰਣਮੰਤ ਨਾਨਕ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਜਲੰਦੇ ਨੂੰ ਉਪਦੇਸ਼ ਕਰਦੇ ਨੇ ਕਿ ਨਾਨਕ ਜੀ ਕੁਝ ਬੇਨਤੀਆਂ ਕਰ ਰਿਹਾ ਹੈ ਇਹ ਬੇਨਤੀ ਪ੍ਰਣਮੰਤ ਨਾਨਕ ਹੁਕਮ ਬਚਾਣੇ 550 ਸਾਲਾ ਗੁਰਪੁਰਬ ਮਨਾਣਾ ਕਬੂਲ ਹੋਵੇਗਾ ਪਰਵਾਨ ਹੋਵੇਗਾ ਜੇ ਗੁਰੂ ਨਾਨਕ ਦੀ ਇਹ ਗੱਲ ਮੰਨ ਲੋਗੇ ਤਾਂ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ ਔਰ ਗੁਸਤਾਕੀ ਮਾਫ ਗੁਰਪੁਰਬ ਹੀ ਮਨਾਉਂਦੇ ਰਹੇ 550 ਸਾਲ ਗੁਰੂ ਦੇ ਨਾਲ ਕੁਝ ਨਹੀਂ ਮਿਲਣਾ ਗੁਰੂ ਦੇ ਨਾਲ ਕਿੱਥੇ ਹੋਇਆ ਕਦੇ ਅਸੀਂ ਕਹਿ ਦਿੰਦੇ ਹਾਂ 300 ਸਾਲ ਗੁਰੂ ਦੇ ਨਾਲ ਨਾਲ ਕਿੱਥੇ ਹੋਇਆ ਅਸੀਂ ਜਿਹੜੇ ਹੋ ਗਏ ਨੇ ਬੁਬਾਰਕ ਨੇ ਜਿਹੜੇ ਗੁਰੂ ਦੇ ਬੋਲ ਸੁਣ ਕੇ ਗੁਰੂ ਦੇ ਹੋ ਗਏ ਨੇ ਬੁਬਾਰਕ ਨੇ ਹੋ ਔਰ ਕਿਤੇ ਐਸਾ ਨੂੰ ਵੀ ਅਸੀਂ ਕਹਿੰਦੇ ਹੀ ਰਹੀਏ ਕਹਿੰਦੇ ਹੀ ਰਹੀ ਤੇ ਜ਼ਿੰਦਗੀ ਬੀਤ ਜਾਵੇ ਤੇ ਨਾਲ ਹੋਏ ਨਹੀਂ ਅਸੀਂ ਕਹਿੰਦੇ ਹੀ ਰਹੀਏ ਤਾਂ ਗੁਰੂ ਨਾਨਕ ਸਾਹਿਬ ਜੀ ਕੋਈ ਗੱਲ ਕਹਿ ਰਹੇ ਨੇ ਔਰ ਉਹ ਵੀ ਗੱਲ ਕਹਿਣ ਦਾ ਤਰੀਕਾ ਦੇਖਣਾ ਪ੍ਰਣਮੰਤ ਨਾਨਕ ਬੇਨਤੀ ਕਰਦੇ ਨੇ ਪ੍ਰਣਮੰਤ ਮਹਰਾਜ ਬੇਨਤੀ ਆਪਜੀ ਨੂੰ ਕਹ ਰਹੇ ਨੇ ਸਾਰੇ ਜਗਤ ਨੂੰ ਕਹ ਰਹੇ ਨੇ ਪੂਰੀ ਮਖਲੂਕ ਨੂੰ ਕਹ ਰਹੇ ਨੇ ਪਰ ਨਮント ਨਾਨਕ ਹੁਕਮ ਅਛਾਣੇ ਜਿਹੜਾ ਮਨੁੱਖ ਹੁਕਮ ਮੰਨ ਲੈਂਦਾ ਹੈ ਆਪਜੀ ਨੇ ਕਿਹਾ ਹੁਕਮ ਕੀ ਹੈ ਇਸ ਨੂੰ ਅਸੀਂ ਬਾਣਾ ਵੀ ਕਹਿ ਦਿੰਨੇ ਆ ਬਾਣਾ ਕੀ ਹੈ ਕਹਿੰਦੇ ਨੇ ਦਿਨ ਹੋਣਾ ਸੀ ਹੋ ਗਿਆ ਇਹ ਹੁਕਮ ਹੈ ਰਾਤ ਹੋਣੀ ਸੀ ਹੋ ਗਿਆ ਹੁਕਮ ਹੈ ਜਨਮ ਹੋਣਾ ਸੀ ਹੋ ਗਿਆ ਮਰਨ ਹੋਣਾ ਸੀ ਹੋ ਗਿਆ ਰੋਗ ਨੇ ਆਣਾ ਸੀ ਆ ਗਿਆ ਤੰਦਰੁਸਤੀ ਨੇ ਆਣਾ ਸੀ ਆ ਗਈ ਇਹ ਹੁਕਮ ਹੈ ਗਰਮੀ ਨੇ ਜਾਣਾ ਸੀ ਚਲੀ ਗਈ ਸਰਦੀ ਆ ਰਹੀ ਹੈ ਹੁਕਮ ਹੈ ਬਾਣੇ ਹੁਣ ਜੇ ਕਿਦਰ ਇਸ ਬਾਣੇ ਨੂੰ ਤੂੰ ਮਨ ਲਵੇਂਗਾ ਤੇ ਫਿਰ ਸੁਖ ਹੋਵੇਗਾ ਦਨ ਰਾਤੀ ਹੁਣ ਜੇ ਕਿਦਰੇ ਤੂੰ ਇਸ ਹੁਕਮ ਨੂੰ ਨਾ ਮੰਨੇ ਤਾਂ ਇਸ ਨੂੰ ਸਮਝਣਾ ਹੁਣ ਜੇਕਰ ਕਿਸੇ ਦੀ ਮੌਤ ਹੋਈਏ ਇਹ ਉਹਦਾ ਹੁਕਮ ਹੈ ਹੁਣ ਤੂੰ ਹੁਕਮ ਭਾਵੇਂ ਮੰਨੇ ਭਾਵੇਂ ਨਾ ਮੰਨੇ ਉਹਦੇ ਹੁਕਮ ਤੇ ਕੋਈ ਅਸਰ ਨਹੀਂ ਪਵੇਗਾ ਕੋਈ ਫਰਕ ਨਹੀਂ ਪਵੇਗਾ ਤੂੰ ਕਹ ਦੇ ਕਿ ਮੈਂ ਗਰਮੀ ਦਾ ਮੌਸਮ ਜਿਹੜਾ ਚਲਾ ਗਿਆ ਮੈਂ ਨਹੀਂ ਮੰਨਦਾ ਰਬ ਦੇ ਹੁਕਮ ਨੂੰ ਸਰਦੀ ਆ ਰਹੀ ਏ ਰਬ ਕਹਿੰਦਾ ਭਾਵੇਂ ਤੂੰ ਮੰਨ ਭਾਵੇਂ ਨਾ ਮੰਨ ਮੇਰੇ ਤੇ ਕੋਈ ਫਰਕ ਨਹੀਂ ਪਵੇਗਾ ਫਰਕ ਤੇਰੇ ਤੇ ਪਵੇਗਾ ਤੇਰੇ ਤੇ ਪਵੇਗਾ ਤਾਂ ਜਦੋਂ ਸਾਡੇ ਤੇ ਹੀ ਫਰਕ ਪਵੇਗਾ ਰੱਬ ਤੇ ਕੋਈ ਫਰਕ ਨਹੀਂ ਪਵੇਗਾ ਭਾਵੇਂ ਜਨਮ ਹੋਇਆ ਭਾਵੇਂ ਮਰਨ ਹੋਇਆ ਭਾਵੇਂ ਦਿਨ ਹੋਇਆ ਭਾਵੇਂ ਰਾਤ ਹੋਈ ਭਾਵੇਂ ਗਰਮੀ ਹੋਈ ਭਾਵੇਂ ਸਰਦੀ ਹੋਈ ਇਹ ਹੁਕਮ ਹੈ ਔਰ ਹੁਕਮ ਨੂੰ ਜੇ ਤੂੰ ਮੰਨਦਾ ਹੈ ਤਾਂ ਫਿਰ ਸੁੱਖ ਹੋਵੇ ਦਿਨ ਰਾਤ ਹੀ ਜੇ ਤੂੰ ਹੁਕਮ ਨੂੰ ਨਹੀਂ ਮੰਨਦਾ ਤੇ ਫਿਰ ਦਿਨ ਔਰ ਰਾਤ ਦੁੱਖ ਹੀ ਦੁੱਖ ਨੇ ਦੁਖੀ ਦੁੱਖ ਨੇ ਗੁਰੂ ਸਾਹਿਬ ਪ੍ਰੇਮ ਤਾਂ ਕਰਨ ਇਹ ਸੁਖ ਆਪ ਜੀ ਦੀ ਝੋਲੀ ਵਿੱਚ ਪਾਣ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗਦ ਹਰ ਤੇਰੀ ਸੁਣ ਸੁਣ ਹੋਵੇ ਪਾ